ਹੈਲੋ ਦੋਸਤੋ ਥੋੜਾ ਥੋੜੇ ਆਪਣੇ YouTube ਚੈਨਲ ਮੇਰੀ ਜਾਣਕਾਰੀ ਤੇ ਸਵਾਗਤ ਹੈ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਨਵੀਂ ਭਰਤੀ ਜੋ ਕਿ PPSSC ਵੈਟਰਨਰੀ ਆਫਸਰ ਰੀਓਪਨ ਆਨਲਾਈਨ ਫਾਰਮ 2022 ਸਟਾਰਟਿੰਗ ਹੋ ਚੁੱਕਿਆ ਜਿਸ ਦੀ ਕੀ ਲੇਟੈਸਟ ਅਪਡੇਟ 11 6 2022 ਨੂੰ ਆਈ ਹੈ ਸੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਵਿਜ਼ਿਟ ਕਰ ਰਹੇ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਹੀ ਬੈਲ ਆਈਕਨ ਆਲ ਵਾਲੀ ਘੰਟੀ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਰਾਹੀਂ ਮਿਲ ਜਾਵੇ ਸੋ ਇਸ ਪੋਸਟ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਸੋ ਪੂਰੀ ਜਾਣਕਾਰੀ ਦੇਵਾਂਗੇ ਆਪਾਂ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਜੋ ਕਿ ਨਵੀਂ ਭਰਤੀ ਪੀਪੀਐਸਸੀ ਵੈਟਨਰੀ ਆਫਿਸਰ ਰਿਕੁਆਇਰਮੈਂਟ 2022 ਆਈ ਹੈ ਜੇ ਜਿਹੜੀ ਕੀ ਪਹਿਲਾਂ 2011 2021 ਨੂੰ ਆਈ ਸੀ ਤਾਂ ਇਸ ਦੀ ਲੇਟੈਸਟ ਅਪਡੇਟ 11 6 2022 ਨੂੰ ਆਈ ਹੋਈ ਹੈ ਜੇਕਰ ਟੋਟਲ ਵੈਕੈਂਸੀ ਦੀ ਗੱਲ ਕਰੀਏ ਤਾਂ ਟੋਟਲ ਵੈਕੈਂਸੀ ਇਸ ਦੇ ਵਿੱਚ 200 ਹਨ ਤੇ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਐਪਲੀਕੇਸ਼ਨ ਫੀਸ ਦੀ ਤਾਂ ਇਸ ਦੇ ਵਿੱਚ ਐਸ ਸੀ ਐਸ ਟੀ ਆਲ ਸਟੇਟਸ ਬੀ ਸੀ ਆਫ ਪੰਜਾਬ ਦੀ ਫੀਸ ਹੈ ਜਿਹੜੀ ਕਿ 700 ਹੈ ਤੇ ਇਸ ਦੇ ਨਾਲ ਹੀ ਅੱਗੇ ਐਕਸ ਸਰਵਿਸਮੈਨ ਈਡਬਲਯੂ ਐਸ ਪੀ ਡਬਲਯੂ ਡੀ ਦੀ ਫੀਸ ਜਿਹੜੀ ਕਿ 500 ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਆਲ ਅਦਰ ਕੈਟਾਗਰੀ ਦੀ ਤਾਂ ਉਸ ਦੀ ਫੀਸ 1500 ਜਿਹੜੀ ਕਿ ਰੱਖੀ ਗਈ ਹੈ ਜਿਹੜੀ ਕਿ ਫੀਸ ਹੈ ਤੁਸੀਂ ਐਸ ਬੀ ਆਈ ਬੈਂਕ ਰਾਹੀਂ ਹੀ ਡਿਪੋਜ਼ਿਟ ਕਰਨੀ ਹੈ ਜਿਹੜੀ ਕਿ ਰੀਓਪਨ ਡੇਟ ਹੈ ਇਹ 27 6 2022 ਨੂੰ ਸਟਾਰਟਿੰਗ ਹੋ ਜਾਵੇਗੀ ਤੇ ਲਾਸਟ ਜਿਹੜੀ ਕਿ ਪੇਮੈਂਟ ਦੀ ਤਰੀਕ ਹੈ ਉਹ ਹੈ 4 7 2022 ਇਸ ਦੇ ਨਾਲ ਹੀ ਏਜ ਲਿਮਟ ਏਜ ਲਿਮਟ 18 ਤੋਂ 37 ਸਾਲ ਇਸ ਦੇ ਨਾਲ ਹੀ ਸੋਨੂ ਕੈਟਾਗਰੀ ਦੇ ਹਿਸਾਬ ਨਾਲ ਰਿਲੈਕਸੇਸ਼ਨ ਵੀ ਇਸ ਦੇ ਵਿੱਚ ਮਿਲੇਗਾ ਜਿਹੜੀ ਕਿ ਤੁਹਾਡੀ ਕੁਆਲੀਫਿਕੇਸ਼ਨ ਹੈ ਕੁਆਲੀਫਿਕੇਸ਼ਨ ਬੈਚਲਰ ਇਸ ਡਿਗਰੀ ਇਸ ਵੈਟਰਨਰੀ ਤੇ ਸਾਇੰਸ ਐਂਡ ਐਨੀਮਲ ਹਸਬੈਂਡਰੀ ਜਿਹੜੀ ਕਿ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ ਜੇਕਰ ਵੈਟਰਨਰੀ ਅਫਸਰ ਦੀਆਂ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ 200 ਐ ਸੋ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਜਾਵੇਗਾ ਜਿੱਥੋਂ ਕਿ ਜਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਸਾਨੂੰ ਵੀਡੀਓ ਕਹੇ ਜੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਮਿਲ ਸਕੇ